ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਜਨਮ ਦਿਹਾੜਾ ਅੱਜ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਧਾਰਮਿਕ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਵਿਸ਼ੇਸ਼ ਸੰਬੰਧ ਰੱਖਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਦਾ ਗੁਰੂ ਮਹਾਰਾਜ ਨਾਲ ਕੀ ਸੰਬੰਧ ਹੈ? ਸ਼੍ਰੀ ਖੁਰਾਲਗੜ੍ਹ ਸਾਹਿਬ 'ਚ ਰਚੇ ਗੁਰੂ ਰਵਿਦਾਸ ਜੀ ਨੇ ਬਾਣੀ ਦੇ ਕਈ ਸ਼ਬਦ ਸ਼ੀਰ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਖੁਰਾਲਗੜ੍ਹ ਸਾਹਿਬ ਦਾ ਨਿਰਮਾਣ 1515 ਵਿੱਚ ਰਾਜਾ ਬੈਂਦ ਸਿੰਘ ਨੇ ਕਰਵਾਇਆ ਸੀ ਦੱਸਿਆ ਜਾਂਦਾ ਹੈ ਕਿ ਇੱਥੇ ਗੁਰੂ ਜੀ 4 ਸਾਲ 2 ਮਹੀਨੇ ਅਤੇ 11 ਦਿਨ ਰਹੇ ਇੱਥੇ ਪੂਰੇ ਪੰਜਾਬ ਤੋਂ ਸੰਗਤ ਹਰ ਸਾਲ ਮੱਥਾ ਟੇਕਣ ਆਉਂਦੀ ਹੈ ਇੱਥੇ ਪੰਜਾਬ ਸਰਕਾਰ ਨੇ 2016 ਚ ਮিনারੇ ਬੀਗਮਪੂਰਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਇਸ ਦੀ ਲਾਗਤ 117 ਕਰੋੜ ਹੈ ਇਸ ਮিনার ਦੇ ਕੋਲ ਜੇ ਹਾਲ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਜਿੱਥੇ 10000 ਲੋਕ ਬੈਠ ਸਕਣਗੇ ਹਾਲਾਂਕਿ ਇਸ ਦਾ ਨਿਰਮਾਣ ਕਰਨ ਚ ਥੋੜੀ ਦੇਰੀ ਹੋਈ ਕੰਮ ਨੂੰ ਕਈ ਵਾਰ ਬੰਦ ਵੀ ਕੀਤਾ ਗਿਆ ਪਰ ਇਸ ਸਾਲ ਪੂਰਾ ਕਰਨ ਦਾ ਮਕਸਦ ਹੈ ਗੁਰੂ ਰਵਿਦਾਸ ਜੀ ਨੇ ਇੱਥੇ ਰਹਿੰਦੇ ਹੋਏ ਬਾਣੀ ਦੇ ਕਈ ਸ਼ਬਦ ਰਚੇ ਗੁਰੂ ਰਵਿਦਾਸ ਜੀ ਨੇ ਇੱਥੇ ਰਹਿੰਦੇ ਹੋਏ ਬਾਣੀ ਦੇ ਕਈ ਸ਼ਬਦ ਰਚੇ ਜਦੋਂ ਰਾਜਾ ਬੈਨ ਨੂੰ ਹੋਇਆ ਗਲਤੀ ਦਾ ਅਹਿਸਾਸ ਦੱਸਿਆ ਜਾਂਦਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪੈਦਲ ਚੱਲ ਕੇ ਸਥਾਨ ਤੇ ਪਹੁੰਚੇ ਸਨ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਜੀ ਇੱਥੇ ਰਹਿਣ ਲੱਗੇ ਤਾਂ ਇਲਾਕੇ ਦੇ ਰਾਜਾ ਬੈਨ ਨੂੰ ਉਹਨਾਂ ਦੀ ਵੱਡੀ ਮਹਿਮਾ ਦੀ ਜਾਣਕਾਰੀ ਮਿਲੀ ਰਾਜਾ ਨੇ ਗੁਰੂ ਜੀ ਨੂੰ ਚੱਕੀ ਚਲਾਉਣ ਦੀ ਸਜ਼ਾ ਦਿੱਤੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪ੍ਰਭੂ ਦੀ ਭਗਤੀ ਕਰਨ ਲੱਗੇ ਅਤੇ ਚੱਕੀ ਆਪਣੇ ਆਪ ਚੱਲ ਪਈ ਇਸ ਦੇ ਬਾਅਦ ਰਾਜਾ ਬੈਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਅੱਜ ਸੰਗਤ ਇੱਥੇ ਚੱਕੀ ਦੇ ਦਰਸ਼ਨਾਂ ਲਈ ਲੰਬੀ ਯਾਤਰਾ ਕਰਕੇ ਇੱਥੇ ਪਹੁੰਚਦੀ ਹੈ ਇੱਥੇ ਉਹ ਬਾਟ ਵੀ ਹੈ ਜਿਸ ਦਾ ਇਸਤੇਮਾਲ ਗੁਰੂ ਜੀ ਨੇ ਆਟਾ ਤੋਲਣ ਲਈ ਕੀਤਾ ਸੀ ਰਾਜਾ ਬੈਨ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਾਣੀ ਦੀ ਪਰੇਸ਼ਾਨੀ ਦੀ ਗੱਲ ਕਹੀ ਇਸ ਤੇ ਗੁਰੂ ਜੀ ਨੇ ਪੈਰ ਦੇ ਅੰਗੂਠੇ ਨਾਲ ਇੱਕ ਪੱਥਰ ਹਟਾਇਆ ਅਤੇ ਉੱਥੇ ਪਾਣੀ ਆਉਣ ਲੱਗ ਪਿਆ ਅੱਜ ਇਸ ਨੂੰ ਚਰਨਛੋ ਗੰਗਾ ਕਿਹਾ ਜਾਂਦਾ ਹੈ ਬਿਊਰੋ ਰਿਪੋਰਟ ਸਾਂਝ ਟੀਵੀ ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ ਜਿਵੇਂ ਨਸਾਂ ਦੀ ਕਮਜ਼ੋਰੀ ਸੈਕਸ ਇੱਛਾ ਦੀ ਕਮੀ ਬਚਪਨ ਚ ਕੀਤੀਆਂ ਗਲਤੀਆਂ ਤਾਂ ਸ਼ਿਗਰ ਪਤਨ ਘਾਟਸ਼ਕਰਾਂ ਨੂੰ ਜਾਂ ਪਸ਼ਾਬ ਨਾਲ ਵਿਰਜ ਆਉਣਾ ਤਾਂ ਹੁਣ ਘਬਰਾਉਣ ਦੀ ਨਹੀਂ ਲੋੜ ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛਪਾਉਂਦੇ ਰਹੋਗੇ ਉਮਰ ਹੋਵੇ 25 ਜਾਂ 80 ਸਾਲ ਡਰ ਡਰ ਨਾ ਪਟਕੋ ਅਸੀਂ ਕਰਾਂਗੇ ਸਫਲ ਇਲਾਜ ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ ਤਾਕਤ ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ ਵਰਮਾ ਆਯੁਰਵੈਦਿਕ ਦਵਾਖਾਨਾ ਨਾਈਆਂ ਵਾਲਾ ਚੌਂਕ ਫਗਵਾੜਾ ਹੁਣੇ ਫੋਨ ਕਰੋ 9844 6874 9850 6874